ਮੈਂ ਸਮਝਦਾ ਕਿ ਇਹ ਸੁਲਤਾਨਪੁਰ ਲੋਧੀ ਦੀ ਇੱਕ ਮਹਾਨ ਧਰਤੀ ਹੈ ਜਿੱਥੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਆਪਣੇ ਮੁਬਾਰਕ ਚਰਨ ਪਏ ਔਰ 14 ਸਾਲ ਤੋਂ ਵੱਧ ਦਾ ਸਮਾਂ ਜਿਹੜਾ ਸੀ ਉਹਨਾਂ ਨੇ ਇੱਥੇ ਬਤੀਤ ਕੀਤਾ। ਦੇਖੋ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਭ ਦੇ ਸਾਂਝੇ ਗੁਰੂ ਹੋਏ ਨੇ, ਉਹਨਾਂ ਦਾ ਮਿਸ਼ਨ ਸਾਰਿਆਂ ਵਾਸਤੇ ਸੀ, ਸਰਬੱਤ ਦਾ ਭਲਾ, ਜਾਤ ਪਾਤ ਖਤਮ ਕਰਨੀ, ਛੂਤਛਾਤ। ਇਹ ਮੈਂ ਸਮਝਦਾ ਕਿ ਸਾਨੂੰ ਉਹਨਾਂ ਦੀ ਜਿਹੜੀ 550 ਸਾਲਾ ਸ਼ਤਾਬਦੀ ਆ ਰਹੀ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਮਨਾਉਣੀ ਚਾਹੀਦੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਾਂ ਬਹੁਤ ਵੱਡੇ ਉਪਰਾਲੇ ਜਿਹੜੇ ਨੇ ਉਹ ਆਰੰਭ ਕੀਤੇ ਨੇ। ਅਸੀਂ ਬਹੁਤ ਵਿਸ਼ਵ ਪੱਧਰ 'ਤੇ ਜਿਹੜਾ ਸੁਲਤਾਨਪੁਰ ਲੋਧੀ ਧਰਤੀ ਦੇ ਉੱਤੇ 550 ਸਾਲਾ ਸ਼ਤਾਬਦੀ ਜਿਹੜੀ ਹੈ ਉਹ ਮਨਾਉਣ ਜਾ ਰਹੇ ਹਾਂ। ਇਹਦੇ ਵਿੱਚ ਮੈਂ ਸਮਝਦਾ ਸਭ ਨੂੰ ਹਿੱਸਾ ਪਾਉਣਾ ਚਾਹੀਦਾ, ਪੰਜਾਬ ਦੀ ਜਿਹੜੀ ਸਰਕਾਰ ਹੈ ਉਹਨਾਂ ਨੂੰ ਵੀ, ਸੈਂਟਰ ਦੀ ਸਰਕਾਰ ਨੂੰ ਵੀ, ਸਾਨੂੰ ਸਾਰਿਆਂ ਨੂੰ ਇਹ ਜਿਹੜੀ ਹੈ ਸ਼ਤਾਬਦੀ ਮਿਲ ਕੇ ਵੱਡੀ ਪੱਧਰ 'ਤੇ ਸਾਰਿਆਂ ਨੂੰ ਮਨਾਉਣੀ ਚਾਹੀਦੀ। ਇਹ ਕਾਰਜ ਸੰਪੰਨ ਕੀਤਾ ਜਾਣਾ ਹੈ ਗੁਰੂ ਨਾਨਕ ਦੇ 550ਵਾਂ ਪ੍ਰਕਾਸ਼ ਉਤਸਵ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸ਼ਲਾਘਾਯੋਗ ਢੰਗ ਦੇ ਨਾਲ ਪਹਿਲਕਦਮੀ ਕੀਤੀ ਗਈ ਹੈ। ਪਰ ਇਸ ਕਾਰਜ ਦੇ ਵਿੱਚ ਅਸੀਂ ਪੰਜਾਬ ਸਰਕਾਰ ਤੋਂ ਵੀ ਅਤੇ ਕੇਂਦਰ ਸਰਕਾਰ ਤੋਂ ਵੀ ਲੋੜੀਂਦੀ ਸਹਾਇਤਾ ਲੈਣੀ ਹੈ ਔਰ ਤਿੰਨੇ ਧਰਨ ਨੇ ਰਲ ਕੇ ਉਸ ਮਹਾਨ ਦਾਤੇ ਪ੍ਰਤੀ ਆਪਣੀ ਸ਼ਰਧਾ ਨੂੰ ਪ੍ਰਗਟਾਉਂਦੇ ਹੋਏ ਲੋੜੀਂਦੇ ਕਾਰਜ ਸੰਪੰਨ ਕਰਨੇ ਨੇ ਤਾਂ ਜੋ ਅਸੀਂ ਸੰਗਤਾਂ ਦੇ ਪ੍ਰੇਮ ਦੇ ਅਨੁਰੂਪ, ਸੰਗਤਾਂ ਦੀ ਭਗਤੀ ਭਾਵਨਾ ਦੇ ਅਨੁਰੂਪ ਇਸ ਕਾਰਜ ਨੂੰ ਯੋਗ ਢੰਗ ਦੇ ਨਾਲ ਪੂਰਾ ਕਰ ਸਕੀਏ।